ਕੁਝ ਚਿਰ ਮਗਰੋਂ ਅਗੇਰੇ ਟੁਰ ਪਏ, ਉਜਾੜ ਮੁੱਕ ਗਈ, ਕੁਦਰਤ ਦੀ ਕੁਵਾਰੀ ਸੁੰਦਰਤਾ ਸਮਾਪਤ ਹੋ ਗਈ। ਅੱਗੇ ਹੁਣ ਹਰੀਆਂ ਹਰੀਆਂ ਜੂਹਾਂ ਪਰ ਟਾਵੀਆਂ ਟਾਵੀਆਂ ਆ ਗਈਆਂ, ਥੋੜ੍ਹੀ ਜਿਹੀ ਵੱਸੋਂ ਆ ਗਈ। ਇਹ ਪਿੰਡ ਠੱਗਾਂ ਬਦਮਾਸ਼ਾਂ ਦੀ ਬਸਤੀ ਸੀ, ਲਗਭਗ ਸਾਰੇ ਜਾਂ ਬਹੁਤੇ ਇਹੋ ਕਾਰ ਕਰਦੇ ਸਨ, ਲੋਕਾਂ ਨੂੰ ਠੱਗਣਾ, ਲੁੱਟਣਾ, ਮਾਰਨਾ ਅਤੇ ਫਿਰ ਥਹੁ ਨਾ ਲੱਗਣ ਦੇਣਾ। ਬਸਤੀ ਵੇਖ ਕੇ ਸਤਿਗੁਰਾਂ ਬਚਨ ਕੀਤਾ, ਲੈ ਭਲੇ ਸਾਥੀਆ, ਉਜਾੜ ਤਾਂ ਮੁੱਕੀ ਅਤੇ ਹੁਣ ਤੱਕ ਬਸਤੀ ਆਈ, ਰਾਤ ਇੱਥੇ ਵਿਸ਼ਰਾਮ ਕਰੀਏ। ਮਰਦਾਨੇ ਕਿਹਾ, ਸਤ ਬਚਨ, ਭਲੀ ਗੱਲ ਹੈ। ਸ੍ਰੀ ਗੁਰੂ ਜੀ ਬੋਲੇ, ਚੱਲ ਮਰਦਾਨਿਆ ਅਤੇ ਦੇਖ ਕਰਤਾਰ ਦੇ ਰੰਗ, ਬਸਤੀ ਅਤੇ ਉਜਾੜ ਦਾ ਵੇਰਵਾ। ਇਸ ਤਰ੍ਹਾਂ ਹੌਸ ਬਿਲਾਸ ਕਰਦੇ ਜਾ ਵੜੇ ਵੱਸੋਂ ਵਿੱਚ। ਇੱਕ ਘਰ ਅੱਗੇ ਗਏ ਹੀ ਸਨ ਕਿ ਉਸ ਦੇ ਰਹਿਣ ਵਾਲੇ ਨੇ ਤੱਕ ਕੇ ਖੁਸ਼ੀ ਕੀਤੀ ਅਤੇ ਆਖਿਆ, ਆਓ ਭਲੇ ਜੀਓ, ਇਹ ਘਰ ਆਪਦਾ ਹੈ, ਇੱਥੇ ਟਿਕਾਣਾ ਕਰੋ, ਰਾਤ ਆਰਾਮ ਪਾਓ, ਜੋ ਕੁਛ ਹਾਜ਼ਰ ਹੈ ਖਾਓ ਪੀਓ, ਥਕੇਵਾਂ ਲਾ ਕੇ ਸਵੇਰੇ ਅੱਗੇ ਟੁਰ ਪੈਣਾ। ਗੁਰੂ ਜੀ ਮੁਸਕਰਾਏ ਅਤੇ ਉੱਥੇ ਡੇਰਾ ਲਾ ਲਿਆ। ਮਰਦਾਨਾ ਵੀ ਬਹਿ ਗਿਆ ਪਰ ਬੁੱਝੇ ਚਿੱਤ। ਬਾਕੀ ਦੇ ਠੱਗਾਂ ਨੂੰ ਪਤਾ ਲੱਗਾ ਤਾਂ ਉਸ ਠੱਗ ਨੂੰ ਵੱਖ ਲੈ ਗਏ ਅਤੇ ਆਪੋ ਵਿੱਚ ਆਖਣ ਲੱਗੇ, ਜੋਤ ਲਲਾਰ ਬੜੀ ਇਹ ਕਿ ਧਨ ਹੈ ਬਹੁ ਪਾਸ, ਚੱਲਿਓ ਕਿਹ ਥਾਈਂ, ਲਿਹੋ ਸਬੈ ਨਾ ਦੁਰਾਵੋ ਸੋ, ਹਮ ਭੋਰ ਭਈ ਤਨ ਲੇਹ ਬਟਾਏ। ਇਉਂ ਪੱਕੀਆਂ ਪਕਾ ਕੇ ਆਪੋ ਆਪਣੀਆਂ ਢੋਕਾਂ ਵਿੱਚ ਚਲੇ ਗਏ। ਜਿਸ ਦੇ ਘਰ ਸਤਿਗੁਰੂ ਜੀ ਰਹੇ ਸਨ ਉਹ ਤਰਕੀਬਾਂ ਸੋਚਣ ਬਹਿ ਗਿਆ ਕਿ ਰਾਤ ਜਦ ਸੌ ਜਾਣਗੇ ਤਾਂ ਇਉਂ ਇਹਨਾਂ ਦੇ ਕੱਪੜੇ ਲੱਤੇ ਦੀ ਤਲਾਸ਼ੀ ਕਰਸਾਂ, ਐਂਉਂ ਧਨ ਹਰ ਲੈਸਾਂ, ਜੇ ਜਾਗ ਪਏ ਤਾਂ ਐਂਉਂ ਕਰਸਾਂ। ਪਰੰਤੂ ਸਾਈਂ ਦੀ ਭਾਵੀ ਐਸੀ ਵਰਤੀ ਕਿ ਉਹ ਪੈਂਦੇ ਸਾਰ ਕੂਕ ਸੌ ਗਿਆ ਅਤੇ ਸਾਰੇ ਸਾਥੀ ਜਿਨ੍ਹਾਂ ਨੇ ਉਸ ਦੀ ਮਦਦ ਕਰਨੀ ਸੀ ਉਹ ਵੀ ਸੌ ਗਏ, ਸੁੱਤੇ ਐਸੇ ਕਿ ਸੂਰਜ ਚੜ੍ਹੇ ਤੱਕੇ। ਬਸਤੀ ਵਿੱਚੋਂ ਕਿਸੇ ਦੀ ਜਾਗ ਨਾ ਖੁੱਲ੍ਹੀ। ਆਪ ਸ੍ਰੀ ਗੁਰੂ ਜੀ ਅਤੇ ਮਰਦਾਨਾ ਕੁਛ ਰਾਤ ਕੀਰਤਨ ਵਿੱਚ ਰਹੇ, ਫਿਰ ਆਰਾਮ ਕੀਤਾ, ਤੜਕੇ ਉੱਠ ਕੇ ਖੂਹ 'ਤੇ ਇਸ਼ਨਾਨ ਪਾਣੀ ਕੀਤਾ ਅਤੇ ਆਪਣੇ ਦਾਤੇ ਦੇ ਰੰਗਾਂ ਨੂੰ ਵੇਖਦੇ ਸਾਰੇ ਸੁੱਤਿਆਂ ਨੂੰ ਛੱਡ ਕੇ ਟੁਰ ਪਏ। ਰਾਹ ਵਿੱਚ ਮਰਦਾਨੇ ਨੇ ਪੁੱਛਿਆ, ਪਾਤਸ਼ਾਹ ਇਹਨਾਂ ਨੂੰ ਕੈਸੀ ਨੀਂਦ ਵਾਪਰੀ? ਆਪ ਨੇ ਫਰਮਾਇਆ, ਮਰਦਾਨਿਆਂ ਇਹ ਸਾਈਂ ਦੀ ਪਾਈ ਨੀਂਦ ਹੈ ਜੋ ਦੁਰਾਚਾਰੀਆਂ ਨੂੰ ਘੇਰੀ ਰੱਖਦੀ ਹੈ। ਜਾਗਣਾ ਤਾਂ ਸਾਈਂ ਨੇ ਆਪਣੇ ਸ਼ੌਂਕ ਵਾਲਿਆਂ ਨੂੰ ਦਿੱਤਾ ਹੈ ਅਤੇ ਸੁਹਾਵੀ ਨੀਂਦ ਵੀ ਉਹਨਾਂ ਨੂੰ ਹੀ ਬਖਸ਼ੀ ਹੈ। ਮੰਦ ਕਰਮੀ ਪਾਪ ਲਈ ਜਾਗਦੇ ਹਨ ਅਤੇ ਥਕੇਵੇਂ ਵਿੱਚ ਸੌਂ ਜਾਂਦੇ ਹਨ। ਗੁਰੂ ਜੀ ਅਤੇ ਮਰਦਾਨਾ ਕੁਛ ਪੰਧ ਲੰਘ ਗਏ ਤਾਂ ਠੱਗਾਂ ਦੀ ਜਾਗ ਖੁੱਲ੍ਹੀ। ਸਾਰੇ ਉਸ ਦੇ ਘਰ ਆ ਜੁੜੇ ਜਿਸ ਦੇ ਘਰ ਆਪ ਟਿੱਕੇ ਸਨ ਅਤੇ ਕਹਿਣ ਲੱਗੇ ਕਿ ਮਾਲ ਮੱਤਾ ਕੱਢ ਕੇ ਸਾਨੂੰ ਹਿੱਸੇ ਵਰਤੀ ਵੰਡ ਦੇ। ਉਸ ਨੇ ਆਖਿਆ, ਜਿਵੇਂ ਤੁਸੀਂ ਹੁਣ ਜਾਗੇ ਹੋ ਮੈਂ ਵੀ ਰਾਤ ਦਾ ਪਿਆ ਹੁਣ ਜਾਗਿਆ ਹਾਂ। ਉਹ ਮੁਸਾਫਰ ਤਾਂ ਸਾਡੇ ਸੁੱਤੇ ਪਿਆਂ ਹੀ ਟੁਰ ਗਏ ਹਨ। ਰਾਤ ਤਾਂ ਕੋਈ ਐਸੀ ਦੱਬਵੀਂ ਨੀਂਦ ਪਈ ਹੈ ਕਿ ਜਾਗ ਹੀ ਨਹੀਂ ਖੁੱਲ੍ਹੀ। ਪਤਾ ਨਹੀਂ ਕੋਈ ਸਾਨੂੰ ਭੰਗ ਪਿਲਾ ਗਿਆ ਕਿ ਉਹ ਮੁਸਾਫਰ ਕੋਈ ਸਿਹਰੀ ਸਨ। ਪਰ ਦੂਜੇ ਠੱਗ ਮੰਨਦੇ ਨਹੀਂ ਸਨ। ਉਹ ਕਹਿੰਦੇ ਸਨ ਕਿ ਤੂੰ ਸਾਰਾ ਮਾਲ ਤਲ ਕਰ ਲਿਆ ਹੈ, ਉਹਨਾਂ ਨੂੰ ਤੂੰ ਕਿਤੇ ਐਸਾ ਮਾਰ ਮੁਕਾ ਕੇ ਲੁਕਾਇਆ ਹੈ ਕਿ ਸਾਨੂੰ ਵੀ ਥਹੁ ਨਾ ਪਵੇ। ਇਸ ਤਰ੍ਹਾਂ ਝਗੜਾ ਵੱਧਦਾ ਗਿਆ। ਉਹ ਮੰਗਣ ਉਹ ਕੰਨਾਂ 'ਤੇ ਹੱਥ ਧਰੇ ਅਤੇ ਫਿਰ ਉਹ ਕਹਿਣ ਲੱਗੇ, ਹੱਥ ਲੱਗਿਓ ਬਹੁਤੋ ਧਨ ਧੋਕੋ, ਲਾਲਚ ਧਾਰ ਕੇ ਲੀਨ ਛਪਾਈ, ਸੋ ਨਹਿ ਛੋਡੇ ਕੈਸੇ ਕਰੋ, ਤੁਮ ਪਾਸ ਹਮਾਰੇ ਅਤੇ ਲੇਤ ਸਦਾਈ, ਕਿਉਂ ਅਬ ਤੂਸ਼ਨ ਬੈਠ ਰਹਾ, ਸਭ ਕਾਢ ਨਕੇਤ ਅਤੇ ਦੇਹੋ ਦਿਖਾਈ। ਉਸਨੇ ਜਦ ਡਿੱਠਾ ਕਿ ਮੇਰੀ ਪੇਸ਼ ਨਹੀਂ ਜਾਂਦੀ ਤਦ ਆਪਣੇ ਪੀਰ ਠੱਗ ਦੀ ਸਹੁੰ ਪਚਾਈ। ਇਸ ਪਰ ਸਾਰਿਆਂ ਨੂੰ ਅਮੰਨਾ ਆ ਗਿਆ। ਹੁਣ ਸਾਰੇ ਤਿਆਰ ਹੋ ਪਏ ਅਤੇ ਲੱਗੇ ਪਿੰਡ ਦੇ ਬਾਹਰ ਖੋਜ ਲੱਭਣ। ਜਦ ਖੋਜ ਲੱਭ ਪਿਆ ਤਾਂ ਕੁਛ ਬਹੁਤ ਤਕੜੇ ਜਵਾਨ ਖੋਜ ਦੇ ਮਗਰ ਲੱਗ ਕੇ ਭੱਜ ਪਏ। ਕੁਛ ਕੂਹਾਂ ਪਰ ਸ੍ਰੀ ਗੁਰੂ ਜੀ ਅਤੇ ਮਰਦਾਨੇ ਨੂੰ ਜਾ ਮਿਲੇ। ਜਦ ਠੱਗਾਂ ਨੇ ਦੂਰ ਜਾਂਦਿਆਂ ਨੂੰ ਤੱਕ ਲਿਆ ਤਾਂ ਲਲਕਾਰ ਕੇ ਬੋਲੇ, ਖੜ੍ਹੇ ਰਹੋ, ਕਿੱਥੇ ਜਾਂਦੇ ਹੋ? ਆਵਾਜ਼ ਸੁਣ ਕੇ ਜਗਤ ਤਾਰਕ ਗੁਰੂ ਜੀ ਨੇ ਮੁੜ ਕੇ ਪਿੱਛੇ ਤੱਕਿਆ ਅਤੇ ਖੜੋ ਗਏ। ਮਰਦਾਨੇ ਕੁਛ ਭਿਆਨਕ ਆਦਮੀ ਆਪਣੇ ਵੱਲ ਆਉਂਦੇ ਵੇਖ ਕੇ
ਪੈ ਖਾਦਾ ਤੇ ਕਹਿਣ ਲੱਗਾ, ਇਹ ਵੱਟ ਮਾਰ ਨਜ਼ਰੀ ਪੈਂਦੇ ਹਨ, ਸਾਡੇ ਪਾਸ ਤਾਂ ਕੁਛ ਨਹੀਂ, ਇਹਨਾਂ ਨੂੰ ਦੱਸ ਦਈਏ ਤੇ ਖਹਿੜਾ ਛੁੱਟੇ। ਮੇਰਾ ਰਬਾਬ ਹੈ ਸੋ ਇਹਨਾਂ ਬੇਸੁਰਿਆਂ ਦੇ ਕਿਸੇ ਕੰਮ ਨਹੀਂ, ਜੇ ਲੈਣ ਤਾਂ ਜੀ ਸਦਕੇ ਦੇ ਕੇ ਇਹਨਾਂ ਭੂੰਡਾਂ ਨੂੰ ਮਗਰੋਂ ਲਾਈਏ। ਸ਼ਾਹਾਂ ਦੇ ਪਾਤਸ਼ਾਹ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਮਰਦਾਨਿਆਂ ਵੇਖ ਕਰਤਾਰ ਦੇ ਰੰਗ, ਸਾਨੂੰ ਠੱਗਦੇ ਹਨ ਕਿ ਠੱਗੇ ਜਾਂਦੇ ਹਨ। ਹਾਂ, ਜਿਸ ਸਾਡੇ ਮਗਰ ਠੱਗ ਲਾਏ ਹਨ ਤਾਂ ਉਹ ਆਪ ਸਾਡੀ ਰਾਖੀ ਲਈ ਵੀ ਆਇਆ ਜਾਣ। ਮਰਦਾਨਾ ਚੰਗਾ ਸਤਸੰਗੀ ਪੁਰਖ ਸੀ, ਪਰ ਉਸ ਵਿੱਚ ਉਹ ਧੈਰੇ ਤਾਂ ਨਹੀਂ ਸੀ ਜੋ ਅਰਸ਼ੀ ਜੋਤ ਵਿੱਚ ਸੀ। ਬਚਨ ਸੁਣ ਕੇ ਕੁਝ ਧੀਰਜ ਆ ਤਾਂ ਗਿਆ ਅਤੇ ਜਿਨ੍ਹਾਂ ਦਿਲ ਕਾਲਾ ਪਿਆ ਸੀ ਉਸ ਤੋਂ ਕੁਛ ਖੜੋ ਵੀ ਗਿਆ ਅਤੇ ਸਾਈਂ ਦੀ ਯਾਦ ਅਧਾਰ ਹੋ ਖਲੋਤੀ, ਪਰ ਫਿਰ ਵੀ ਜ਼ਰਾ ਅਗੇਰੇ ਹੋ ਕੇ ਸਤਿਗੁਰਾਂ ਦੇ ਪਾਸ ਆ ਖਲੋਤਾ। ਠੱਗਾਂ ਨੇ ਅੱਗੇ ਵੱਧ ਕੇ ਕੁਛ ਵੱਧ ਘੱਟ ਆਖਿਆ, ਪਰ ਜਿਉਂ ਜਿਉਂ ਨੇੜੇ ਆਏ ਕੁਛ ਹੋਰ ਵੀ ਹੁੰਦੇ ਗਏ। ਜਦ ਕੋਲ ਆ ਖੜੋਤੇ ਤਾਂ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਤਬ ਦਰਸ਼ਨ ਦੇਖਣੇ ਨਾਲ ਸਭ ਆਏ ਅੰਦਰੋਂ ਨਿਬਲ ਪਏ। ਜਦੋਂ ਘੇਰਾ ਪਾ ਕੇ ਖੜੋ ਗਏ ਤਾਂ ਸਤਿਗੁਰਾਂ ਪੁੱਛਿਆ, ਤੁਸੀਂ ਕੌਣ ਹੋ? ਉਹਨਾਂ ਵਿੱਚੋਂ ਇੱਕ ਨੇ ਆਖਿਆ, ਅਸੀਂ ਮਾਰਿਆ ਪਹਿਲੇ ਕਰਦੇ ਹਾਂ ਅਤੇ ਲੁੱਟਿਆ ਪਿੱਛੋਂ ਕਰਦੇ ਹਾਂ, ਅਸੀਂ ਐਸੀ ਸ਼੍ਰੇਣੀ ਦੇ ਠੱਗ ਹਾਂ, ਤੁਸੀਂ ਧਨਵਾਨ ਹੋ, ਰਾਤ ਚੁੱਪ ਕਰਕੇ ਰਹਿ ਕੇ ਸਵੇਰੇ ਖਿਸਕਾਏ ਹੋ, ਅਸਾਂ ਤੁਹਾਨੂੰ ਮਾਰ ਦੇਣਾ ਹੈ, ਜੋ ਕੁਛ ਪਾਸ ਹੈ ਲੁੱਟ ਲੈਣਾ ਹੈ। ਮਰਦਾਨਾ ਕੁਛ ਬੋਲਣ ਵੱਲ ਉਮਲਦਾ ਸੀ, ਪਰਦਾਤਾ ਜੀ ਦੀ ਅਹਿਲ ਕ੍ਰਾਂਤੀ ਵੇਖ ਕੇ ਰੁਕ ਜਾਂਦਾ। ਗੁਰੂ ਜੀ ਨੇ ਠੱਗਾਂ ਵੱਲ ਤੱਕ ਕੇ ਕਿਹਾ, ਭਲਾ ਹੋਵੇ ਨੇ ਮਾਰੋ, ਜਿਉ ਸਦਕੇ ਮਾਰੋ, ਪਰ ਇੱਕ ਕੰਮ ਕਰਿਆ ਜੇ, ਸਾਨੂੰ ਮਾਰ ਕੇ ਸੱਟ ਨਾ ਜਾਇਆ ਜੇ। ਇਹ ਬਣ ਹੈ ਕੌਠ ਬਹੁਤ ਪਿਆ ਹੈ, ਸਾਨੂੰ ਮਾਰ ਕੇ ਅਗਨੀ ਦਾ ਦਾਗ ਦੇ ਕੇ ਜਾਇਆ ਜੇ, ਜੋ ਸਰੀਰ ਭਸਮ ਹੋ ਜਾਣ। ਤੁਸਾਂ ਲਈ ਵੀ ਭਲਾ ਹੈ, ਜੋ ਖੁਰਾ ਖੋਜ ਸਾਰਾ ਮਿਟ ਜਾਏਗਾ, ਕੋਈ ਸੂ ਸੁਰਾਗ ਨਾ ਲੱਗ ਸਕੇਗਾ। ਤਦ ਇੱਕ ਠੱਗ ਨੇ ਕਿਹਾ, ਦਾ ਦਿਓ ਸੂ, ਕੌਣ ਪਿੱਟਣੇ ਕਰੇ, ਸ਼ਸਤਰਹੀਣ ਹੈ, ਆਓ ਮਾਰੋ, ਕਰੋ ਦੂਰ, ਕੌਣ ਅੱਗਾਂ ਲੱਭਦਾ ਫਿਰੇ ਅਤੇ ਦਾਗ ਦਿੰਦਾ ਫਿਰੇ। ਪਰ ਦੂਸਰੇ ਇੱਕ ਹੋਰ ਠੱਗ ਨੇ ਠਠੰਬਰ ਕੇ ਕਿਹਾ, ਕਦੇ ਸਾਡੇ ਦਿਲ ਨੇ ਐਸੀ ਝਿਜਕ ਨਹੀਂ ਸੀ ਖਾਧੀ ਜੋ ਅੱਜ ਖਾ ਰਿਹਾ ਹੈ। ਸੋਚ ਤਾਂ ਲਓ, ਕਦੇ ਕਿਸੇ ਸਾਨੂੰ ਖੁਸ਼ੀ ਨਾਲ ਨਹੀਂ ਸੀ ਆਖਿਆ ਕਿ ਬੇਸ਼ੱਕ ਮਾਰ ਲਓ। ਮਰਨ ਵੇਲੇ ਸਭ ਰੋਂਦੇ ਹਨ, ਵਾਸਤੇ ਪਾਉਂਦੇ ਹਨ, ਹੱਥ ਜੋੜਦੇ ਹਨ, ਕਦੇ ਕੋਈ ਸੂਰਮਾ ਮਿਲਦਾ ਹੈ ਉਹ ਵੀ ਘਾਬਰ ਕੇ ਅਤੇ ਜੀ ਭਿਆਣਾ ਹੋ ਕੇ ਲੜਨ ਨੂੰ ਉੱਠਦਾ ਹੈ ਅਤੇ ਮਸਾਂ ਮਸਾਂ ਮਾਰੀਦਾ ਹੈ। ਸਾਰੇ ਹਾਏ ਨਾ ਮਾਰੀਏ ਦੇ ਯਤਨ ਵਿੱਚ ਹੁੰਦੇ ਹਨ। ਇਹ ਕੌਣ ਹੈ ਜੋ ਹੱਸ ਕੇ ਮਰਨਾ ਕਬੂਲਦਾ ਹੈ? ਅਤੇ ਮਰਨਾ ਕਬੂਲਦਾ ਡਰਦਾ ਝੱਕਦਾ ਝਿਜਕਦਾ ਨਹੀਂ। ਇਸ ਦੀ ਗੱਲ ਤਾਂ ਸਾਰੀ ਸੁਣ ਲਓ, ਨਾਲੇ ਜੇ ਮਾਰ ਕੇ ਸਾੜ ਦਈਏ ਤਾਂ ਗੱਲ ਸੱਚੀ ਕਹਿੰਦਾ ਹੈ, ਸਾਡਾ ਵੀ ਭਲਾ ਹੈ, ਖੋਜ ਮੂਲੋਂ ਮਿਟ ਜਾਏਗਾ। ਅਤੇ ਜੇ ਸੋਚੀਏ ਕਿ ਇਹ ਬਹਾਨਾ ਕਰਦਾ ਹੈ ਤਾਂ ਸਾਥੋਂ ਭੱਜ ਕੇ ਕਿੱਥੇ ਜਾ ਸਕਦਾ ਹੈ? ਅਸੀਂ ਬਹੁਤੇ ਤੇ ਸ਼ਸਤਰਾਂ ਵਾਲੇ ਹਾਂ, ਚਲੋ ਅੱਗ ਕਿਤੋਂ ਲੈ ਆਵੀਏ, ਦੋ ਜਣੇ ਅਤੇ ਬਾਕੀ ਦੇ ਘੇਰਾ ਪਾ ਕੇ ਖੜੋਤੇ ਰਹੋ। ਇੱਕ ਹੋਰ ਠੱਗ, ਪਰ ਅੱਗ ਕਿੱਥੇ ਹੈ, ਕਿੱਥੋਂ ਢੂੰਡਣ ਜਾਵਾਂਗੇ, ਕਿਉਂ ਮਰਦਊ ਛੱਡੀ ਜਾਂਦੇ ਹੋ? ਇੱਕ ਹੋਰ ਠੱਗ, ਇਹਨਾਂ ਨੂੰ ਹੀ ਪੁੱਛੋ ਅੱਗ ਕਿੱਥੇ ਹੈ। ਤਾਂ ਸਤਿਗੁਰੂ ਨੇ ਇੱਕ ਪਾਸੇ ਵੱਲ ਤੱਕ ਕੇ ਉਹਨਾਂ ਨੂੰ ਕਿਹਾ, ਆਓ ਤੱਕੋ, ਉੱਧਰ ਧੂੰ ਉੱਠ ਰਿਹਾ ਹੈ, ਉੱਥੋਂ ਲੈ ਆਓ ਅਤੇ ਅਸੀਂ ਇੱਥੇ ਖੜ੍ਹੇ ਹਾਂ, ਲੱਕੜਾਂ ਪਈਆਂ ਹਨ ਬਣਦੀਆਂ, ਬਾਕੀ ਦੇ ਪਾਸ ਖੜ੍ਹੇ ਰਹੋ। ਜਿਸ ਠੱਗ ਨੂੰ ਇਹ ਗੱਲ ਮਾਰ ਕੇ ਦਾਹ ਕਰਨ ਦੀ ਪਸੰਦ ਆਈ ਸੀ ਉਹ ਅੱਗ ਵੱਲ ਉੱਠ ਦੌੜਿਆ, ਨਾਲ ਇੱਕ ਦੋ ਹੋਰ ਲੈ ਲਏ। ਜਦ ਇਹ ਥੋੜ੍ਹੀ ਦੂਰ ਗਏ ਤਾਂ ਕੀ ਵੇਖਣ ਕਿ ਇੱਕ ਆਦਮੀ ਨਗਨ ਹੈ, ਉਸ ਨੂੰ ਕੁਛ ਆਦਮੀ ਪਕੜ ਕੇ ਲੈ ਜਾ ਰਹੇ ਹਨ, ਜਿਵੇਂ ਕੋਈ ਕੈਦੀ ਨੂੰ ਲੈ ਜਾਂਦਾ ਹੈ। ਇਹ ਦਿਖਾਵਾ ਉਹਨਾਂ ਨੂੰ ਦਿਸੇ ਭਲੀਵੇ, ਪਰ ਜਦ ਗਊ ਕਰਨ ਤਾਂ ਖੜਾ ਕੁਝ ਨਾ ਦਿਸੇ, ਪਰ ਫਿਰ ਉਹ ਨਕਸ਼ਾ ਸਾਫ਼ ਸਾਫ਼ ਨਜ਼ਰ ਪਵੇ। ਇਸ ਤਰ੍ਹਾਂ ਜਦ ਅੱਗ ਪਾਸ ਪਹੁੰਚੇ ਤਾਂ ਉਹ ਚਿਖਾ ਸੀ, ਜਿਸ ਨੂੰ ਅੱਗ ਹੁਣੇ ਲਾ ਕੇ ਮੁਰਦੇ ਨੂੰ ਬਾਲਣ ਵਾਲੇ
ਗਏ ਜਾਪਦੇ ਸਨ। ਇੱਕ ਠੱਗ ਨੇ ਅੱਗੇ ਵੱਧ ਕੇ ਡਾਂਗ ਨਾਲ ਥੋੜ੍ਹੀ ਅੱਗ ਕੱਢ ਲਈ ਅਤੇ ਲੈ ਕੇ ਪੈਰ ਪਿੱਛੇ ਪਾਏ ਤਾਂ ਕੀ ਦੇਖਣ ਕਿ ਉਹ ਮਨੁੱਖ ਜੋ ਕੈਦੀ ਵਾਂਗੂ ਜਾਪਦਾ ਸੀ ਹੁਣ ਕਿਸੇ ਅਮੀਰੀ ਠਾਠ ਵਿੱਚ ਹੈ। ਸਤਿਕਾਰ ਨਾਲ ਦੋ ਚਾਰ ਬੰਦੇ ਗਿਰਦ ਹਨ। ਪਹਿਲੇ ਜੋ ਕੈਦ ਕਰਨ ਵਾਲੇ ਜਾਪਦੇ ਸਨ ਉਹ ਅਤੇ ਇਹਨਾਂ ਸਤਿਕਾਰ ਵਾਲਿਆਂ ਵਿੱਚੋਂ ਦੋ ਚਾਰ ਚਰਚਾ ਕਰ ਰਹੇ ਸਨ। ਉਹ ਕਹਿੰਦੇ ਸਨ ਕਿ ਸਾਡੀ ਸਰਕਾਰ ਦੀ ਸ਼ਹਿ ਹੈ ਅਤੇ ਪਿਛਲੇ ਕਹਿੰਦੇ ਸਨ ਕਿ ਸਾਨੂੰ ਹੁਕਮ ਹੋਇਆ ਹੈ ਕਿ ਇਸ ਨੂੰ ਤੁਸੀਂ ਲੈ ਆਵੋ। ਇਹ ਗੱਲ ਵੇਖ ਕੇ ਠੱਗਾਂ ਤੋਂ ਨਾ ਰਿਹਾ ਗਿਆ ਅਤੇ ਪੁੱਛਣ ਲੱਗੇ ਤੁਸੀਂ ਕੌਣ ਹੋ? ਦਿਸਦੇ ਹੋ ਭਲੀ ਦੇ ਹੋ ਪਰ ਜਾਪਦਾ ਹੈ ਜਿਵੇਂ ਕੋਈ ਛਲਾਵਾ ਹੈ। ਕਦੇ ਕੈਦੀ ਦਾ ਸਾਂਗ ਹੈ, ਕਦੇ ਸੁਤੰਤਰਤਾ ਦਾ ਸਾਂਗ ਹੈ, ਆਪੋ ਵਿੱਚ ਝਗੜਾ ਹੈ, ਗੱਲ ਕੀ ਹੈ? ਦੱਸੋ ਤਾਂ ਸਹੀ। ਤਦ ਉਹਨਾਂ ਵਿੱਚੋਂ ਇੱਕ ਨੇ ਕਿਹਾ, ਭਾਈ ਇਹ ਪੁਰਖ ਇੱਕ ਮਰ ਗਏ ਦਾ ਪੌਰ ਰੂਹ ਹੈ ਜਿਸ ਦੀ ਚਿਖਾ ਵਿੱਚੋਂ ਤੁਸੀਂ ਅੱਗ ਲਿਆਏ ਹੋ। ਇਹ ਮੰਦ ਕਰਮੀ ਸੀ, ਇਸ ਲਈ ਅਸੀਂ ਇਸ ਨੂੰ ਨਰਕਾਂ ਵੱਲ ਲਿਜਾ ਰਹੇ ਸਾਂ। ਇਸਨੇ ਜੋ ਮਾੜੇ ਕਰਮ ਕੀਤੇ ਉਹਨਾਂ ਦੇ ਦੁੱਖ ਦਾ ਹੀ ਨਾਮ ਨਰਕ ਹੈ। ਉਹਨਾਂ ਦੇ ਕਰਮਾਂ ਦੇ ਹੀ ਪਛਤਾਵੇ ਹਾਵੇ ਅਤੇ ਭੋਗਾਂ ਦੀਆਂ ਰੁਚੀਆਂ ਹੋਣੀਆਂ ਪਰ ਭੋਗ ਪ੍ਰਾਪਤ ਨਾ ਹੋਣੇ। ਅੰਧਕਾਰ ਅਤੇ ਨੰਗ ਅਤੇ ਦੁੱਖ ਇਹ ਸਾਰੇ ਰੰਗ ਹਨ ਜੋ ਰੂਹ ਨੇ ਆਪ ਕਮਾਏ ਹਨ। ਸਾਰੇ ਇਹ ਹੁਣ ਭੋਗੇਗਾ ਪਰ ਅਸੀਂ ਇਸ ਨੂੰ ਲੈ ਜਾ ਰਹੇ ਸਾਂ ਕਿ ਇਹ ਰਾਮਗਣ ਆ ਗਏ ਹਨ। ਅਸੀਂ ਜਮਗਣ ਹਾਂ, ਇਹ ਜਿਸ ਨੂੰ ਸਾਥੋਂ ਖੋਹ ਲੈ ਚੱਲੇ ਹਨ। ਠੱਗ, ਕਿਉਂ ਭਾਈ ਤੁਸੀਂ ਕਿਉਂ ਇਹਨਾਂ ਤੋਂ ਇਹਨਾਂ ਦੀ ਮਾਲਕੀ ਖੋਹ ਚੱਲੇ ਹੋ? ਰਾਮਗਣ, ਇਹ ਮਹਾਂਪਾਪੀ ਥਾ, ਇਸ ਨੂੰ ਕੁੰਭੀ ਨਰਕ ਮੈਂ ਦੇਣਾ ਥਾ, ਪਰ ਜਿਸ ਗੁਰ ਪਰਮੇਸ਼ਰ ਕੋ ਤੁਮ ਮਾਰਨ ਆਏ ਹੋ ਤਿਸ ਦੀ ਦ੍ਰਿਸ਼ਟੀ ਇਸ ਕੀ ਚਿਖਾ ਕਾ ਧੂੰਆਂ ਪਾਇਆ ਹੈ, ਤਿਸ ਕਾ ਸਦਕਾ ਬੈਕੁੰਠ ਕੋ ਪ੍ਰਾਪਤ ਭਇਆ। ਠੱਗ ਹੈ, ਜਿਸ ਨੂੰ ਅਸੀਂ ਮਾਰਨ ਲੱਗੇ ਹਾਂ ਉਹ ਕੌਣ ਹੈ? ਰਾਮਗਣ, ਉਹ ਗੁਰੂ ਪਰਮੇਸ਼ਰ ਹੈ, ਗੁਰੂ ਨਾਨਕ ਜਗਤ ਨੂੰ ਨਿਸਤਾਰਨ ਆਇਆ ਹੈ। ਇਹ ਸੁਣ ਕੇ ਠੱਗ ਘਬਰਾਏ ਅਤੇ ਉੱਠ ਨੱਠੇ, ਭੱਜ ਕੇ ਸਾਥੀਆਂ ਪਾਸ ਆਏ ਅਤੇ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ ਧਾ ਕੇ ਟਹਿ ਪਏ। ਹੇ ਗੁਰ ਪਰਮੇਸ਼ਰ, ਅਸਾਂ ਨੂੰ ਰੱਖ ਲੈ। ਬਾਕੀ ਦੇ ਠੱਗ ਇਹ ਮਾਮਲਾ ਦੇਖ ਕੇ ਅਚਰਜ ਹੋ ਕੇ ਕਹਿਣ ਲੱਗੇ, ਤੁਸਾਂ ਨੂੰ ਕੀ ਹੋ ਗਿਆ? ਦੱਸੋ ਤਾਂ ਸਹੀ, ਸੂਰਬੀਰ ਤਾਂ ਕਿੱਥੇ ਗਵਾ ਆਏ ਹੋ? ਚਿਖਾ ਤੋਂ ਆਇਆ ਇੱਕ ਠੱਗ, ਸੱਜਣੋ ਜਿਸ ਨੂੰ ਮਾਰਨ ਲੱਗੇ ਹੋ ਇਹ ਗੁਰੂ ਪਰਮੇਸ਼ਰ ਹੈ। ਜੀਵਾਂ ਨੂੰ ਮਾਰ ਕੇ ਤਾਂ ਸਜ਼ਾ ਹੀ ਮਿਲੂ ਪਰ ਗੁਰੂ ਪਰਮੇਸ਼ਰ ਨੂੰ ਮਾਰ ਕੇ ਸਾਡਾ ਕੀ ਬਣੂ? ਪਹਿਲਾ ਠੱਗ, ਕੀਕੂ ਗੱਲ ਤਾਂ ਸੁਣਾਓ। ਤਦ ਠੱਗਾਂ ਨੇ ਉਹ ਸਾਰੀ ਵਿਥਿਆ ਜੋ ਡਿੱਠੀ ਸੀ ਆਖ ਸੁਣਾਈ। ਵਿਥਿਆ ਸੁਣ ਕੇ ਸਾਰੇ ਘਾਬਰੇ, ਸਾਰੇ ਹੀ ਚਰਨਾਂ 'ਚ ਟਹਿ ਪਏ ਅਤੇ ਆਖਣ ਲੱਗੇ, ਨਿੰਦ ਜੀਵਕਾ ਹੁਤੀ ਹਮਾਰੀ, ਮਾਰੇ ਜੀਵਨ ਬਿਨਾਂ ਵਿਚਾਰੀ, ਤੁਮ ਸਮਰੱਥ ਸੰਤ ਸੁਖਦਾਈ, ਆਪਣੀ ਕਲਾ ਨਾ ਹਮੇ ਦਿਖਾਈ। ਸ੍ਰੀ ਗੁਰੂ ਜੀ ਜਦ ਦੇ ਉਹ ਗਏ ਸਨ ਇੱਕ ਅਹਿਲ ਪਰਬਤ ਦੀ ਤਰ੍ਹਾਂ ਖੜ੍ਹੇ ਸਨ। ਨਜ਼ਰ ਮਾਨੋ ਗੱਢ ਰਹੀ ਸੀ, ਚਿਹਰਾ ਕਿਸੇ ਤੇਜ਼ ਨਾਲ ਦਮਕ ਰਿਹਾ ਸੀ, ਨੈਣ ਵੀ ਮਾਨੋ ਚਮਕ ਨਹੀਂ ਸਨ ਰਹੇ, ਸਵਾਸ ਦਾ ਵੀ ਪਤਾ ਨਹੀਂ ਸੀ ਪੈਂਦਾ ਕਿ ਆ ਰਿਹਾ ਕਿ ਨਹੀਂ। ਮਰਦਾਨਾ ਇਹ ਰੰਗ ਦੇਖ ਰਿਹਾ ਸੀ, ਸਦਾ ਪਿਆਰ ਵਿੱਚ ਜੁੜਿਆ ਪਰ ਸਹਿਮਿਆ ਖੜਾ ਸੀ। ਠੱਗਾਂ ਪਰ ਪੈ ਰਿਹਾ ਸੀ ਭੈ ਦਾ ਬਹੁਤ ਹੀ ਅਸਰ, ਬਿਨੈ ਕਰ ਰਹੇ ਸਨ, ਚਰਨਾਂ ਨੂੰ ਲਪਟ ਰਹੇ ਸਨ, ਪਰ ਸਤਿਗੁਰੂ ਜੀ ਅਹਿਲ ਉਸੀ ਤਰ੍ਹਾਂ ਖੜ੍ਹੇ ਸਨ। ਨਜ਼ਰ ਟੱਕ ਬੰਨੀ ਸੀ ਅਤੇ ਇੱਕ ਤੇਜ਼ ਅਤੇ ਰੋਬ ਚਿਹਰੇ ਤੋਂ ਦਮਕ ਰਿਹਾ ਸੀ। ਕੈਸਾ ਅਦਭੁਤ ਦਰਸ਼ਨ ਹੈ, ਜੋ ਮਾਰਨ ਆਏ ਸਨ ਚਰਨਾਂ ਵਿੱਚ ਰੋਲ ਰਹੇ ਨੇ ਅਤੇ ਤਰਲੇ ਕਰ ਰਹੇ ਨੇ, ਆਪ ਨਾ ਪਹਿਲੋਂ ਡਰੇ ਅਤੇ ਨਾ ਹੁਣ ਕਿਸੇ ਪਸੀਜਨਾ ਵਿੱਚ ਅਜੇ ਆਏ ਹਨ। ਖੜ੍ਹੇ ਹਨ ਅਰ ਤੇਜ਼ ਦੀਆਂ ਕਿਰਨਾਂ ਚਿਹਰੇ ਤੋਂ ਇੱਧਰ ਉੱਧਰ ਚਰ ਚਰ ਕੇ ਪੈ ਰਹੀਆਂ ਜਾਪਦੀਆਂ ਹਨ ਅਤੇ ਉਹ ਬਿਨੈ ਕਰ ਰਹੇ ਹਨ, ਬਖਸ਼ੋ ਬੜੇ ਕਰੇ ਅਪਰਾਧੂ, ਪਰਉਪਕਾਰੀ ਹੋਏ ਜਗ ਸਾਧੂ। ਚਲੋ ਗ੍ਰਾਮ ਸ੍ਰੀ ਪ੍ਰਭੂ ਬਹੋਰੀ, ਬਿਨਤੀ ਸਰਬ ਕਰੈ ਕਰ ਜੋਰੀ। ਠੱਗ ਸਾਰੇ ਹੱਥ ਜੋੜ ਕੇ
बेनती कर रहे हैं कि हे प्रभु एक वेरी पिंड फेर चलो, असी सारे बड़े पाप कमाते रहे हाँ, रात दिन साढ़े मारन लुट्टन विच बीते हैं, सानू रस्ते पाओ, असी बड़े पापी हाँ। तो बड़े महान पुरख की मेहर बिना नहीं उभर सकते, निक्के मोटे तो बतेरे साध संत असां वेखे तो कई बारी लुटे भी हैं, पर अज तुसी वड्डे महापुरख मिले हो, समुंदर की अग नू समुंदर ही संभाल सकता है, बणा नू लगे डौ नू मोले तार बरखा ही ठीक कर सकती है, गिरा चलो कुछ दिन रहो ते साढ़े सारे भाईचारे नू तारो। ये बिनय सुन के आप दे नैण उन्हां वल तके, चेहरे ते नरमी ते पसीजना दे रंग फिरे ते बचन होया तुसी चलो असी आउंदे हाँ। चरना अगे लम्मे पै के सीस नवाउंदे ठग विदा होए, आप कुछ चेर उत्थे बैठे रहे, मरदाने ने कीर्तन कीता ते फिर पिछले पैरी परत पए, जगतारक जी दीन पए अवलोक गुसाई, हटे ग्राम की दिश तिस थाई, मरदाना पातशाह ये की कौतक वरत्या, मारन आए सन ए आप भी अगों तैयार हो पए सौ मरन नू, मेरा जी करे असी दिखा देईए कि साडे पास कुछ नहीं, नहक क्यों मार दियो, पर आप तो डर दे मैं कुछ ना कहा। गुरु जी ये बड़े बिकराल ठग हैं, पहला मारदे हैं ते पिछों कपड़े फोलदे हैं, ये कद सुनदे सन, पाप करके जिन्हां दे हिरदे पत्थर हो चुके हैं, इन्हां तो करतार ही बचाउंदा है। मरदाना आप शक्ति नाम खाल दे ते ये कद टालदे सन, ठीक है बड़े बिकराल सन। गुरु जी असां तां शक्ति की दिखावणी सी, हार मन्नी ये चंगा भाई मार लो, हार विच जित पा देनी करतार दा काम है। मरदाना सुहाण तेरी हार नू जिस दे पैर सदा जित चुमदी है, डाढ़ा कौतक वरताया ने। गुरु जी करतार दे रंग वेख मरदानिया, उस नू बिरध बाणे दी लाज है, अपने प्यारियां दी साणथ आप खड़ा है, उस नू मंजूर सी जे इन्हां दा उधार होवे, सृष्टि जो इन्हां तों कष्ट पा रही है छुट्टे, तां उह साडे कदम इन्हां दी वस्ती विच लै आया सी, जां इह पिछे आ पए तां जिस नू इन्हां दी कल्याण मंजूर सी साडी रसना ते आ बैठा, ते असां हार मन के दाल ही आख्या, जद अग दा पता पुछियो ने साडी नज़र चिखा ते जा पई, साईं दी मेहर नाल नरकी जीव दे अग उग मिट गए, ते प्रकाश ते दूत उसनू छडाउण आ गए, ते इह कौतक गुप्त सृष्टि विच वरत रहा ठग्गां वर्गे पापियां नू दिस पिया, ते इउं दिस पिया जिवें उन्हां दे कोल अखां दे सामने वरत रहा है, उसे दा करतब है ना करतार दा, बख्शण हार दा पतत पावण दा, कि पापियां दे नैणा अगे प्रतख कौतक रच दिता ते उन्हां नू डरा दिता, उह महान पापां नू करके कठोर होए दिल पै विच आ के साडी जिंद दे प्यासे भी ना रहे, ते अपने पापां दे पै विच आ गए। मरदाना सच है ठीक है, पर कौतक हमातणा लई नहीं ना वरत दे, चंगे चंगे साधु ज्ञानियां लई नहीं वरत दे, सुहाण तेरे सिदक नूं तेरे लई वरत दे हन, जो रब दी गोद दा बालका है, जां रब दी कला ही शरीर धारी हो रही है, सुहाण तेरी हार नूं जो सदा जित लैंदी है, केडे भोलेपन नाल आपने आख्या, भला होवे ने मारो जी सदके मारो, मेरे अंदर चरनाट छिड़ी दर्द दी कि हैं मेरे कूले कूले दिल वाले मालक ने की आख दिता है, पर मैं की जाना ये जो हार आपने मन्नी है इस दे मगर अर्श दी ताकत ने हिल खड़ोना है, ते उस मालक ने अपने लाडले दा वाल विंगा नहीं होण देना, सगों प्यारे दी जित करावेगा ते पापियां नू तारेगा, भला अज तां दस दिओ ये कौतक हार वो है कि तुसी ही हो ना, वो जो कोई कला धार के जगत विच प्रविरत हो रहे हो ते चोज कर रहे हो, कदे तां दस छड्डो अपने मरासी नू भेत दी गल। ये सुनदिआं आप दे नैण मुंद गए ते अलाही गले तों माज दी कलेजा थर्रा देण वाली सुर निकली, हम जेर जमी दुनिया
पीरा मसाए का राया मैं रवद बादशाह अफजू खुदाए एक तू ही महल्ला पहला ना देव दानवा नरा ना सिद्ध साधका तरा अस्त एक दिगर कोई एक तू ही महल्ला पहला ना दादे देहंद आदमी ना सपत जेर जमी अस्त एक दिगर कोई एक तू ही महल्ला पहला ना सूर सस मंडलो ना सपत दीप ना जलो अन पाउण थिर ना कोई एक तू ही महल्ला पहला ना रिजक दस्त आकसे हमरा एक आस वसे अस्त एक दिगर कोई एक तू ही महल्ला पहला परंदे ना गिरह जर दरखत आब आस कर देहंद सुई एक तू ही महल्ला पहला नानक लिलार लिखिया सोए मेट न साके कोए कला तरै हिरै सुई एक तू ही ये शब्द गाव्या जा रहा है मरदाना नाले रबाब दियां सुरा चेड़ रहा है नाले त्रप त्रप हंजू केर रहा है जिस परमात्मा दी होंद सही करन लई अकलां वाला जगत तड़प रहा है जिस परमात्मा दे प्रतख ना दिसन करके सोचां वालियां दी अकल हैरानी विच ते किसे किसे दी इनकार विच जा रही है उस परमात्मा दी प्रतख होंद दियां चरनाटां मरदाने नूं छेड़ रहियां सन एक तू ही प्रतख प्रतीत दे रही है शब्द दा भोग पै गया श्री गुरु जी ने मरदाने दे मोढे ते हाथ धर के हंबला मारिया उठ खड़े होए ते बोले चल मरदानिया देख रंग करतार दे मरदाना सुहाण तेरे करतार दे सुहाण तेरे सिदक दे चलो पर गया ते जे बाकी दे ना मने ता फेर मते फस ना जाइए गुरु जी देखिया नहीं हो कि रखण हार ने कीकू रख लिया है फसिया नू कढ लिया है जे कोई होर फसौती हो ता कोई प्रोजन है मालक दा सो सिरे चढ़ेगा असी की हाँ काठ दियां पुतलियां विच दी लंघ चलना है खिलावण हार जाणै अपने प्रोजना नू सदा सिदक विच रहिए ते नाम जपिए बिरत बाणे दी लाज वाला जो कुछ करदा है भला करदा है ये कहिंदे आप पिछले पैरें टुर पए ते मगरी मरदाना में टुर पिया।